स्वागत है आप सभी का हमारे ट्रैक्टर लवर दीप चैनल पर और पेज भी ट्रैक्टर लवर दीप पर। और आज हम आप सभी को बताएंगे ये वॉल्व कैसे काम करता है। ये है पानी का जो वॉल्व होता है, इसके अंदर वैक्स होती है वैक्स, और ये कैसे काम करेगा वो आज आप सभी को बताएंगे। और कितने टेम्परेचर पर खुलता है ये जाकर वो भी बताएंगे। यहाँ से बंद है अभी तक, देख लो इसको, अब हम गर्म पानी में डालते हैं और कहाँ तक ये टेम्परेचर पर खुलता है वो बताते हैं आप सभी को। आज चलते हैं, आप पानी हो गया अपना गर्म, बस हम लेके चलते हैं बाहर इन्हों तो चेक करते हैं। पानी हो गया गर्म, हूँ चेक करते हैं बाहर करते चालू। ला मैनू मीटर फड़ा दे किन्ने दे जांदा वेने, 80 ते गया चला। वाल भी तू सेटता 80 वाल बंद सीगा। हाँ बंद सी तो मैं कर, हाँ बंद है इन्ने की बंद है 80 70 70 ते सही है खड़ा होया जी। 70 ते नहीं खुलना है, आपा होर गर्म कर गए इनू, ऐ चौके ले जांगे चूल्हे ते, फिर तो ऐ ले जांगे जे 70 ते खोल ना 70 ते गा तो है 80 90 85 ते आ, सॉरी 70 70 कही है ना 85 ते होया खड़ा। अभी तक तो खुलिया नहीं वैक्स ना, हौली हौली पगर दी 80 कटना शुरू हो जाना होना इन्ना क तैयार गर्म हुंदा सी पानी का उंदे विच आवे हाथ तो लगदा ही ले 80 ते आ चला हुण इन्ने 80 ते आउण वाला 83 83 ए सिद्धी सुई है ਮਨੇ ਖੁੱਲਿਆ ਤਾਂ ਗਾ ਮਾਮਲੀ ਹੈ ਖੁੱਲ ਗਿਆ ਨਾ ਖੁੱਲ ਰਿਹਾ ਖੁੱਲੇਗਾ ਹੌਲੀ ਹੌਲੀ ਖੁੱਲੇਗਾ ਵੈਕਸ ਪਿਗਲ ਜੇਗੀ ਪਰ ਉਹਨੇ ਨੂੰ ਟੈਂਪਰੇਚਰ ਥੱਲੇ ਜਾਈ ਜਾਂਦਾ 80 ਚਲੇ ਜਾਣਾ ਇਹਨੇ ਆਪਾਂ ਰੱਖ ਲਾਂਗੇ ਚੁੱਲ੍ਹੇ ਤੇ ਯਾਰ ਖੁੱਲ ਗਿਆ ਕਾਫੀ ਖੁੱਲ ਗਿਆ ਹੌਲੀ ਹੌਲੀ ਖੁੱਲ ਗਿਆ ਬਾਈ ਇੱਕ ਵਾਰੀ ਖੁੱਲ ਗਿਆ ਵੀ ਇਹਨੇ ਪੂਰਾ ਫੁੱਲ ਕਿੰਨਾ ਖੋਲਦਾ ਕਿੰਨੇ ਦੇ ਖੋਲਦਾ ਪਾਣੀ ਬਹੁਤ ਗਰਮ ਹੈ ਯਾਰ ਯਾਰ 80 ਤੇ ਖੋਲੇਗਾ ਸਹੀ ਵਾਲਵ ਤਾਂ ਜੇ ਕੰਪਨੀ ਨੇ ਦਿੱਤਾ 80 85 ਤੇ ਖੋਲਦਾ ਹੈ 80 ਆ ਗਿਆ ਉਹ ਵੇਖ ਕਿੱਥੇ ਗਈ ਚਲੀ ਗਈ ਚਲੀ ਖੁੱਲ ਗਿਆ ਕਰੀ ਇਹਨੂੰ ਤਾਂ ਖੁੱਲਿਆ ਜੇ ਉਹ ਖੁੱਲੇ ਹੀ ਪਿਆ ਖੁੱਲ ਹੀ ਗਿਆ ਖੁੱਲ ਗਿਆ ਇੰਨਾ ਹੀ ਖੁੱਲਦਾ ਕਹਣਾ ਸੱਚ ਤਾਂ ਇੰਨਾ ਹੀ ਖੁੱਲੇਗਾ ਇੰਨੇ 'ਚ ਤਾਂ ਸਾਰਾ ਪਾਣੀ ਟੱਪ ਜਾਣਾ ਖੁੱਲ ਗਿਆ ਵਾਲ ਮਤਲਬ 80 ਤੇ ਮੰਨ ਕੇ ਚਲੋ ਵਾਲ ਖੋਲ ਦਿੰਦਾ ਟਰੈਕਟਰ ਸਹੀ ਟਰੈਕਟਰ ਹੈ ਜਿਹੜਾ 80 ਤੇ ਖੋਲ ਦੇਗਾ ਬਾਕੀ ਚੈੱਕ ਕਰ ਆ ਇੱਥੇ ਇੱਥੇ ਦਿਖਾ ਰਿਹਾ ਨਾ ਹੁਣ ਮੈਂ ਕੱਢ ਕੇ ਵੇਖਾਂ ਹਾਂ ਇਹਨੂੰ ਖੋਲ ਕੇ ਵੇਖ ਲੈ ਜੇ ਖੋਲਣ ਕੇ ਵੇਖ ਸੈਂਸਰ ਵੀ ਬਾਹਰ ਨਹੀਂ ਗਈ ਚਲੀ ਥੱਲੇ ਬਹੁਤ ਤੇਜ਼ੀ ਨਾਲ ਜਾ ਰਹੀ ਹੈ ਹੁਣ ਸਿੱਧਾ ਸੈਂਸਰ ਹੀ ਲਾਤਾ ਉੱਥੇ ਹੀ ਰਹੂਗਾ ਕੇ ਉੱਥੇ ਹੀ ਰਹਿਣਾ ਯਾਰ ਮੈਕਸੀਮਮ 80 ਜਾਏਗਾ 80 ਤੋਂ ਘਟੇਗਾ ਹੀ ਥੋੜਾ ਉੱਥੇ ਹੀ ਜਾਣਾ ਹੈ ਮੈਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਦਿੱਕਤ ਵਾਲੀ ਗੱਲ ਨਹੀਂ ਉਹ ਤਾਂ ਬਰਾਬਰ ਹੀ ਕੰਮ ਕਰੇਗਾ ਪੀਸ ਦੇ ਵਿੱਚ ਲਾਏ ਇਹ ਤਾਂ ਇਹ ਤਾਂ ਲਾਇਆ ਨਾ ਤਪਤ ਬਰਾਬਰ ਹਾਂ ਤਪਤ ਦੇਣੀ ਇਹਨੇ ਤਾਂ ਵੇਖੀ ਗਰਮ ਕਰਕੇ ਵੇਖੀ ਕਿੰਨੇ ਹੈ ਵੇਖੀ ਕਿ ਕਿੰਨਾ ਖੁੱਲਿਆ ਪਿਆ ਆਵੇ ਇਧਰ ਪਾਣੀ ਟੱਪਦਾ ਪਿਆ ਯਾਨੀ ਕਿ ਇਧਰਲਾ ਰਾਹ ਬੰਦ ਹੋ ਗਿਆ ਤੇ ਇਧਰਲਾ ਖੁੱਲ ਗਿਆ ਹਾਂ ਹੁਣ ਇਧਰੋਂ ਪਾ ਪਾਣੀ ਇਹ ਆਵੇ ਲਾ ਹੁਣ ਇਧਰੋਂ ਬੰਦ ਹੋ ਗਿਆ ਆਪਾਂ ਸਪਲਾਈ ਬੰਦ ਕਰਦਾ ਉਧਰ ਪਾਣੀ ਨਹੀਂ ਟੱਪਦਾ ਪਿਆ ਇਹ ਇਧਰੋਂ ਪਾਣੀ ਬੰਦ ਬੰਦ ਕਰਤਾ ਉਹਨੇ ਤੇ ਇਧਰੋਂ ਚਾਲੂ ਹੈ ਹੁਣ ਉਹਨੇ ਆ ਵਾਲ ਖੋਲ ਲੇ ਉੱਤੋਂ ਪਾਣੀ ਪੈਣਾ ਤੇ ਇਧਰ ਦੀ ਜਾਣੇ ਜਾ ਕੇ ਰੇਡੀਟਰ ਚ ਚਲੇ ਜਾ ਇਧਰ ਉੱਤੋਂ ਜਾਏਗਾ ਹੁਣ ਰੇਡੀਟਰ ਚ ਘੁੰਮਣਾ ਸ਼ੁਰੂ ਹੋ ਜਾਏਗਾ ਬਸ ਇੰਨਾ ਵਾਲ ਐ ਵਾਲ ਸਿਸਟਮ ਆ ਕੰਟਰੋਲ ਕਰਦਾ ਜਿਹੜੇ ਕਹਿੰਦੇ ਨਾ ਵਾਲ ਕੱਢ ਦਿੰਦੇ ਆ ਉਹ ਇੱਕ ਕੰਪਨੀ ਲਦਾਖ ਤੋਂ ਦਿੰਦੀ ਹੈ ਕਾਸ਼ ਵੀ ਟੈਂਪਰੇਚਰ ਇੱਕ ਮੇਨਟੇਨ ਜਗ੍ਹਾ ਤੇ ਰਹਿ ਕੇ ਕੰਮ ਕਰੇ ਆਪਦਾ ਪੂਰਾ ਕੰਮ ਕਰੇ ਸਹੀ ਕੰਮ ਕਰੇ ਠੰਡੇ ਚੱਲੀ ਜਾਂਦੇ ਜਿਹੜੇ ਟ੍ਰੇਟਰ ਆ ਵੇਖੋ ਇੰਨਾ ਖੁੱਲ ਗਿਆ ਵਾਲਵ ਮੈਂ ਇੰਨੇ ਚੋਂ ਪਾਣੀ ਟੱਪਣਾ ਸ਼ੁਰੂ ਹੋ ਗਿਆ ਹੋ ਗਿਆ ਬੰਦ ਹੋਏਗਾ ਹੀ ਹੁਣ ਟੈਂਪਰੇਚਰ ਤੋਂ ਇਧਰੋਂ ਪਾਣੀ ਟੱਪਦਾ ਹੋਊਗਾ ਉਹ ਟੱਪਣ ਲੱਗ ਗਿਆ ਨਹੀਂ ਹਜੇ ਨਹੀਂ ਟੱਪਦਾ ਹਜੇ ਹਜੇ ਤੱਕ ਖੁੱਲਾ ਹੋਇਆ ਵਾਲ ਵੇਖ ਕਰਤਾ ਕੰਮ ਹੋਈ